ਅੰਮ੍ਰਿਤਸਰ ਵਿਖੇ ਬਾਰ ਕੌਂਸਲ ਆਫ ਇੰਡੀਆ ਦੇ ਸੱਦੇ ਤੇ ਪੰਜਾਬ ਭਰ 'ਚ ਵਕੀਲਾਂ ਵੱਲੋਂ ਹੜਤਾਲ ਕੀਤੀ ਗਈ, ਜਿਸ ਦੇ ਚੱਲਦਿਆਂ ਦੇਸ਼ ਭਰ ਦੀ ਅਦਾਲਤਾਂ 'ਚ ਕੰਮਕਾਜ ਠੱਪ ਰਹੇ। ਇਸ ਮੌਕੇ ਵਕੀਲਾਂ ਵੱਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਅਦਾਲਤ ਅੱਗੇ ਕੇਂਦਰ ਸਰਕਾਰ ਖਿਲਾਫ ਧਰਨਾ ਵੀ ਲਾਇਆ ਗਿਆ। ਅੰਮ੍ਰਿਤਸਰ ਦੇ ਵਿੱਚ 2500 ਦੇ ਕਰੀਬ ਵਕੀਲ ਨੇ ਤੇ ਚੈਂਬਰ ਸਿਰਫ 5-7 ਹੈਗਾ, ਜਿਹਦੇ ਕਰਕੇ ਨਵੇਂ ਮੈਂਬਰਾਂ ਨੂੰ ਚੈਂਬਰ ਦੀ ਬਹੁਤ ਪ੍ਰੋਬਲਮ ਆਉਂਦੀ ਹੈ। ਇਹਦੇ ਤੋਂ ਇਲਾਵਾ ਇੱਕ ਅਸੀਂ 5000 ਕਰੋੜ ਦੀ ਡਿਮਾਂਡ ਰੱਖੀ ਆ, ਜਿਹੜਾ ਐਨੂਅਲ ਬਜਟ ਆਉਂਦਾ ਵਾ ਇੰਡੀਆ ਦੇ ਗੌਰਮੈਂਟ ਦਾ, ਉਹਦੇ ਵਿੱਚ ਵਕੀਲਾਂ ਲਈ ਵੱਖਰਾ ਰੱਖਿਆ ਜਾਵੇ, ਜਿਹਦੇ ਵਿੱਚ ਕਿ ਇੰਸ਼ੋਰੈਂਸ ਕਵਰ ਕੀਤੀ ਜਾਵੇ, ਨਾਲ ਹੀ ਵਕੀਲਾਂ ਦੀ ਅਤੇ ਉਹਨਾਂ ਦੀ ਫੈਮਿਲੀ ਦਾ ਵੀ ਇੰਸ਼ੋਰੈਂਸ ਦੇ ਵਿੱਚ ਕਵਰ ਕੀਤਾ ਜਾਵੇ, ਅਤੇ ਇੱਕ ਨਵੇਂ ਆਉਣ ਵਾਲੇ ਵਕੀਲਾਂ ਨੂੰ 10000 ਰੁਪਇਆ ਮਹੀਨਾ ਭੱਤਾ ਦਿੱਤਾ ਜਾਵੇ ਸਰਕਾਰ ਵੱਲੋਂ, ਅਤੇ ਜਿਹੜੀ ਉਹਨਾਂ ਦੀ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਕੀਤੀ ਜਾ ਸਕੇ। ਸਾਡੇ ਸਟਿਪੈਂਡਸ ਨੇ ਜਿਹੜੇ ਨਵੇਂ ਆਏ ਐਡਵੋਕੇਟਸ ਨੇ ਉਹਨਾਂ ਵਾਸਤੇ 10000 ਰੁਪਇਆ ਜਿਹੜਾ ਹੈ ਉਹਨਾਂ ਨੂੰ ਦੇਣ ਦੀ ਜੋ ਵੀ ਹੈ ਜੋ ਮੰਗ ਕੀਤੀ ਗਈ ਹੈ, ਕਿਉਂਕਿ ਨਵੇਂ ਜੋ ਫਰੈਸ਼ਰਸ ਆਉਂਦੇ ਨੇ ਉਹਨਾਂ ਨੂੰ ਇਸ ਚੀਜ਼ ਦਾ ਫਾਈਨੈਂਸ਼ੀਅਲੀ ਸਪੋਰਟ ਕਰਨ ਵਾਸਤੇ ਇੱਕ ਜੋ ਗਵਰਨਮੈਂਟ ਹੈ ਉਹ ਹੈਲਪ ਕਰੇ, ਔਰ ਦੂਸਰਾ ਇੱਕ ਇੰਸ਼ੋਰੈਂਸ ਪ੍ਰੋਟੈਕਸ਼ਨ ਹੈ ਜੋ ਫੈਮਿਲੀਜ਼ ਨੂੰ ਦਿੱਤੀਆਂ ਜਾਣ, ਐਕਸੀਡੈਂਟਲ ਹੋਵੇ ਜਾਂ ਫਿਰ ਡੈਥ ਦੇ ਜਿਸ ਤਰ੍ਹਾਂ ਵੀ ਕੋਈ ਵੀ ਮੈਡੀਕਲ ਇੰਸ਼ੋਰੈਂਸ ਹੈ ਉਹਨੂੰ ਕਵਰ ਕੀਤਾ ਜਾਵੇ। ਬਿਊਰੋ ਰਿਪੋਰਟ, ਸਿੱਖ ਟੀਵੀ।